सतनाम वाहे गुरु वाहे गुरु वाहे गुरु गुरु वाहे गुरु गुरु वाहे गुरु गुरु वाहे गुरु वाहे गुरु वाहे गुरु वाहे गुरु वाहे गुरु सहज गए मेरा सहज गए हौन इस पर सो हौन इस पर सो हौनिस पर सो हौनिस पर सो हौनिस पर सो मेरा सहज पर सो हौनिस पर सो हौनिस पर सो एक न परिया गुण कर तो एक न परिया गुण कर तो मेरा सहज गए मेरा सहज गए हौनिस पर सो हौनिस पर सो क्यों कर प्यारी हो सहज गए निष्फर सो
प्यारी हो सो जागे निसफर सो पर सो हनिस पर
पर सो प्रेम न चाखिया मेरी तिस न बुझानी गया सो जोबन तन पछतानी गया सो जोबन धन पछतानी जोबन गया बतीत डर मर बैठिया जोबन गया बतीत डर मर बैठिया जोबन गया बतीत डर मर बैठिया तप तप लोहे लोहे हाथ मरो नहीं उतरे अब क्या करें पुरानी रुदा कंठ
ਸ਼ਬਦ ਨਿਸ ਭਰ ਦਾ ਭਾਵ ਹੈ ਜ਼ਿੰਦਗੀ ਭਰ ਮੈਂ ਇਸ ਮੋਹ ਮਾਇਆ ਵਿਕਾਰਾਂ ਦੇ ਵਿੱਚ ਸੁੱਤੀ ਪਈ ਨੇ ਹੀ ਸਾਰੀ ਜ਼ਿੰਦਗੀ ਰੂਪੀ ਰਾਤ ਲੰਘਾ ਦਿੱਤੀ ਹੈ। ਉਹ ਪਤੀ ਪਰਮੇਸ਼ਰ ਜੋ ਸਦਾ ਹੀ ਜਾਗਦਾ ਹੈ, ਸਦਾ ਹੀ ਨਿੱਤ ਨਵਾਂ ਨਿਰੋਆ ਹੈ, ਉਸ ਦੀ ਸਾਰ ਨਾ ਜਾਣੀ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਇੱਕੋ ਹੀ ਸੇਜ ਅਤੇ ਇੱਕੋ ਹੀ ਸਿੰਘਾਸਨ ਅਤੇ ਬਿਰਾਜਵਾਨ ਆਤਮਾ ਅਤੇ ਪਰਮਾਤਮਾ, ਫਿਰ ਹਉਮੈ ਦੀ ਭੀਤ ਹਉਮੈ ਦੀ ਕੰਧ ਨੇ ਦੂਰੀ ਬਣਾਈ ਰੱਖੀ ਹੈ। ਸਾਹਿਬ ਸਤਿਗੁਰੂ ਪਿਤਾ ਮਿਹਰ ਕਰਨ, ਸਾਨੂੰ ਨਾਮ ਦੇ ਨਾਲ ਜੋੜਨ, ਜਿਸ ਨਾਮ ਦੇ ਜਪਣ ਕਰਕੇ ਇਹ ਹਉਮੈ ਦੀ ਕੰਧ ਮਿਟੇ ਅਤੇ ਗੁਰੂ ਕੇ
ਸਿੱਖ ਪੁੱਤਰ ਤੇ ਪੁੱਤਰੀਆਂ ਆਪਣੇ ਮੁੱਖ ਉੱਜਲ ਲੈ ਕੇ ਅਸੀਂ ਦਰਗਾਹ ਨੂੰ ਜਾਈਏ। ਦਾਸਰਿਆਂ ਵੱਲੋਂ ਕੀਰਤਨ ਕਰਦੇ ਹੋਈਆਂ ਪੁੱਲਾਂ ਖਿਮਾ ਕਰਨੀ, ਅਸੀਸ ਬਖਸ਼ਣੀ, ਗਰੀਬ ਨਵਾਜ ਸਤਿਗੁਰੂ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਗੁਰਫਤਿਹ ਬੁਲਾਉਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ।